पग बन्नी सिख रहे हैं तो योगा भी साडा पग बन्नी सानू सिखाउण लगा वा पूनी करनी सिख रहे होणी ਤਾਂ ਪੂਣੀ ਹੁੰਦੀ ਦੇਖ ਲਓ ਵੀਰੋ ਇੱਦਾਂ ਨਾਲ ਨਾਲ ਮਾੜਾ ਮਾੜਾ ਪ੍ਰਦਰਸ਼ਨ ਕਰਿਆ ਕਰ ਖਿੱਚੋ ਭਾਜੀ ਖੋਆ ਮਾਰਨਾ ਹੈ ਖੋਆ ਜਾ ਇੱਦਾਂ ਆ ਦੇਖ ਤੂੰ ਖਿੱਚ ਕੇ ਰੱਖ ਅੱਛਾ ਇੱਦਾਂ ਮਾਰਨਾ ਠੀਕ ਬਾਲੀ ਚੌੜੀ ਨਹੀਂ ਹੋਣੀ ਚਾਹੀਦੀ ਪੂਣੀ ਦੀ ਨਾ ਬਾਲੀ ਘੱਟ ਹੋਣੀ ਚਾਹੀਦੀ ਹੈ ਠੀਕ ਹੈ कन्न बाहर कढ देने दुखूगे नहीं यार सही है ओदा गंढ दे भाई दुखने ਇਧਰੋਂ ਲੜ ਜਿਹੜਾ ਪੂਰਾ ਆ ਜਾਂਦਾ ਚਲੋ ਕੋਈ ਨੀ ਛੱਡਦੇ ਪੱਗ ਇੱਧਰ ਹੋ ਜਾ ਪੱਧਰੇ ਜਾ ਆਪਾਂ ਦਸਤਾਰ ਸਿਖਲਾਈ ਜਾਂ ਦਸਤਾਰ ਇਸ ਕਰਕੇ ਬੰਨ ਰਹੇ ਹਾਂ ਮੈਨੂੰ ਖੁਸ਼ੀ ਹੈ ਸਰਦਾਰ ਬਣ ਰਿਹਾ ਵੀਰ ਮੇਰਾ ਠੀਕ ਹੈ ਜੀ ਇਹ ਜੇ ਹੋਰ ਬੱਚੇ ਵੀ ਚਾਹੁੰਦੇ ਆ ਸਰਦਾਰ ਬਣਨਾ ਪੱਗ ਸਿਖਲਾਈ ਫ੍ਰੀ ਦਿੱਤੀ ਜਾਊਗੀ ਪਰਨਾ ਪੱਗ ਦਮਾਲਾ ਕਿਸੇ ਵੀ ਤਰ੍ਹਾਂ ਦਾ ਕੋਈ ਸਿਰ 'ਤੇ ਦਸਤਾਰ ਸਜਾਉਣਾ ਚਾਹੁੰਦਾ ਉਹ ਹਰ ਐਤਵਾਰ ਗੁਰਦੁਆਰਾ ਵਹੀ ਸਟੇਟ ਗੁਰਦੁਆਰਾ ਸਾਹਿਬ ਪਿੰਡ ਖੈੜਾ ਦੋਨਾਂ ਵਿਖੇ ਠੀਕ 1 ਵਜੇ ਪਹੁੰਚ ਜਾਇਆ ਕਰੇ ਠੀਕ ਹੈ ਜੀ ਮੋਸਟ ਵੈਲਕਮ ਆ ਸਾਰਿਆਂ ਨੂੰ ਅਤੇ ਮਾਲਕ ਚੜ੍ਹਦੀ ਕਲਾ ਬਖਸ਼ੇ ਮੀਟਰ ਹੋਰ ਚਾਹੀਦੀ ਸੀ
छोटा रेगुलर नहीं ज्यादा घूम के पूरा होर आ तो नहीं लगता ना बजी दे सकते इतना ही थोड़ा पानी नहीं था ये लोग कि पानी ला ला कौन ला जा दिए वो थोड़े टाइम दी सोनी ला खा दी आ देख दा एंड होया वाल भी पूरा गिटी जो बाहर निकल पोछ ला सब भी ना ले लेगा खच के ठाई गबरू बी भी डाउन करके पास आवा ये तानू प्रॉमिस करना पैना वीर भी मैं नहीं वाल कटाऊंगा रखूंगा याद रखने नहीं वाल पक्के हो गए थे ठीक है दस्तार भी देख सकते हैं बेजो हूँ सिर ढा दिए दस्तार का एंड हो गया वा ये दो बरे तो हम मक्का हुआ पोछला नहीं जी मैं बहुत ही बच गई अज लाउनी नहीं गी चलू सदाबहार ही अज सिर टाइट हो गया है ना लोई तो नहीं की नहीं सही है कोई टाइट भी नहीं की नहीं टाइट भी नहीं सही है बिल्कुल अभी तैर लिया छोटी है पग भरावा इदा ही जाते हुए आप सारे मुंडे बजिया होना रंग दियां ਜਦੋਂ ਦਿੱਲੀ ਗਏ ਸੀ ਕਿਸਾਨੀ ਸੰਘਰਸ਼ ਤੇ 16 ਜਣੇ ਸੀ ਜਿਨ੍ਹਾਂ ਚੋਂ 15 ਜਣੇ ਦੇ ਪੱਗ ਸਾਫ ਪੱਗਾਂ ਬੰਨੇ ਸੀ 30 ਜਣੇ ਦੇ ਮੈਂ ਆਨੰਦਪੁਰ ਸਾਹਿਬ ਅੱਧੇ ਘੰਟੇ 'ਚ ਬੰਨੀਆਂ ਸੀ ਜਦੋਂ ਅਸੀਂ ਉੱਥੇ ਆਨੰਦਪੁਰ ਸਾਹਿਬ ਗਏ ਹੋਏ ਸੀ ਨਾ ਤਾਂ ਉਹ ਮੈਨੂੰ ਕਹਿੰਦੇ ਆਪਣੇ ਪਿੰਡ ਦੇ ਬੰਦੇ ਸੀਗੇ ਜੇ ਤੁਰਨ ਲੱਗੇ ਮੈਂ ਪਰਨਾ ਬੰਨਦਾ ਸੀ ਉਹ ਮੁੰਡਾ ਕਹਿੰਦਾ ਭਾਅ ਜੀ ਵੀ ਪਰਨੇ ਬੰਨੂਗਾ ਸਾਡੇ ਤਾਂ ਮੈਂ ਕਿਹਾ ਭਾਅ ਜੀ ਬਾਜੂਗੇ ਇਹ 'ਚ ਕਿਹੜੀ ਗੱਲ ਵਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਤੇ ਅੱਜ ਦਸਤਾਰ ਸਜਾਈ ਆ ਸਿਰ ਤੇ ਆਪਣੇ ਜੋਗੇ ਵੀਰ ਨੇ ਤਾਂ ਬਹੁਤ ਵਧੀਆ ਲੱਗਾ ਅਤੇ ਨਾਲ ਜੋਗੇ ਵੀਰ ਨੇ ਵਾਅਦਾ ਕੀਤਾ ਵੀ ਹਰ ਐਤਵਾਰ ਵੀ ਇਹ ਦੁਪਹਿਰੇ 1 ਵਜੇ ਮੈਂ ਜ਼ਰੂਰ 1 ਘੰਟਾ ਸੇਵਾ ਵਾਸਤੇ ਕੱਢਿਆ ਕਰੂੰਗਾ ਅਤੇ ਜਿੰਨੇ ਵੀ ਵੀਰ ਦੇਖਦੇ ਆ ਤਾਂ ਜ਼ਰੂਰ ਦਸਤਾਰ ਸਜਾਉਣ ਵਾਸਤੇ ਸਿੱਖਣ ਵਾਸਤੇ ਸਟੇਟ ਗੁਰਦੁਆਰਾ ਸਾਹਿਬ ਹਰ ਐਤਵਾਰ 1 ਵਜੇ ਜ਼ਰੂਰ ਪਹੁੰਚ ਜਾਇਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ